ਸਰ ਪਹਿਲੇ ਮੈਨੂੰ ਬਹੁਤ ਜ਼ਿਆਦਾ ਵਾਇਰਲ ਮੈਂ ਹੋਇਆ ਸੀ ਆਪਣੇ ਪੈਟ ਸ਼ਾਪ ਨੂੰ ਲੈ ਕੇ ਮੇਰੇ ਕੋਲੋ ਜਿਹੜੇ ਜਾਨਵਰ ਸੀ ਉਹ ਸਾਰੇ ਫੋਰਨ ਕੰਟਰੀ ਦੇ ਸੀ ਹੁਣ ਮੈਂ ਲੋਕਾਂ ਦੀ ਹੈਲਥ ਬਣਾ ਰਿਹਾ ਇਸ ਚੀਜ਼ ਦੀ ਮੈਂ ਚੈਲੰਜ ਕਰਦਾ ਗਾਰੰਟੀ ਲੈਣਾ ਹੈ ਪੂਰੀ ਕਿ ਸਾਡੀ ਚੀਜ਼ ਅਨ ਹੈਲਦੀ ਕੋਈ ਵੀ ਨਹੀਂ ਹੋਏਗੀ ਹਾਈਜਨਿਕ ਚੀਜ਼ਾਂ ਹੋਣਗੀਆਂ ਹੈਲਦੀ ਚੀਜ਼ਾਂ ਹੋਣਗੀਆਂ ਜਦੋਂ ਲੈਬ ਤੇ ਜਾਈਏ ਕਿਤੇ ਉਥੇ ਲਾਈਨ ਬੜੀ ਲੰਬੀ ਮੋਂ ਲਾਈਨ ਖਤਮ ਕਰਨਾ ਚਾਹੀਦਾ ਉਹਦੇ ਚ ਇੱਕ ਸੈਲਡ ਆਪਾਂ ਤਿਆਰ ਕਰੀਦਾ ਪ੍ਰੋਟੀਨ ਸੈਲਡ ਮੇਰੇ ਜਿਮ ਵਾਲੇ ਬਹੁਤ ਮੇਰੇ ਫਰੈਂਡ ਸਰਕਲ ਦੇ ਵਿੱਚ ਜਿੰਮਾ ਵਾਲਿਆ ਕੋ ਜਾ ਰਿਹਾ ਏ ਉਹਨਾਂ ਦੇ ਵਿੱਚ ਇਸਰ ਆਪਾਂ ਸਪਰਾਉਟ ਪਾਈਏ ਸਪਰਾਉਟ ਪਾਈਦੇ ਜਿਹੜੇ ਨੋਰਮਲੀ ਨਹੀਂ ਮਿਲਦੇ ਤੇ ਇੱਕ ਜਿਹੜੀ ਕੇਕ ਦੇ ਵਿੱਚ ਆਪਾਂ ਇੱਕ ਲਾਈਟ ਸਿਸਟਮ ਕੀਤਾ ਆ ਤੁਸੀਂ ਰੂਮ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ ਕੇਕ ਜਿਹੜਾ ਵਾ ਉਹਨੂੰ ਇੱਕ ਬਟਨ ਔਨ ਕਰੋਗੇ ਸਾਰਾ ਕੇਕ 글로ਅ ਕਰੇਗਾ ਸਾਰਾ ਕੇਕ ਜਗੇਗਾ ਕਿਸੇ ਲਾਈਟ ਦੀ ਲੋੜ ਨਹੀਂ ਵੀਆਪੀ ਦੇ ਨਾਲ ਆਪਣੇ ਐਮਐਲਏ ਸਰ ਬ੍ਰਦਰ ਆਪਣੇ ਵੱਡੇ ਉਹਨਾਂ ਦੇ ਆਫਿਸ ਜਾ ਰਹੇ ਆ ਡੱਬੇ ਪੁਲਿਸ ਸਟੇਸ਼ਨ 'ਚ ਜਾ ਰਹੇ ਆ ਬੈਂਕਾਂ ਹਰ ਬੈਂਕ ਦੇ ਵਿੱਚ ਮੇਰੇ ਡੱਬੇ ਜਾ ਰਹੇ ਆ ਕੋਈ ਪ੍ਰਾਈਵੇਟ ਆ ਕੋਈ ਸਰਕਾਰੀ ਆ ਅ ਕੋਈ ਆਪਣੇ ਆਈਲੈਟਸ ਕੋਰਸਵਾ ਕਰਵਾਉਂਦੇ ਪਿਆ ਸੈਂਟਰ ਆ ਉਹ ਸਾਰਿਆਂ ਦੇ ਮੇਰੇ ਡੱਬੇ ਜਾ ਰਹੇ ਮੇਰੇ ਸ਼ੇਕ ਜਾ ਰਹੇ ਮੇਰੇ ਕੁਲੜ ਪੀਜ਼ਾ ਜਾ ਰਹੇ ਵੈਸੇ ਮੈਂ ਘਰ ਕਾफी ਚਿੱਟੇ ਬਣਾ ਕੇ ਟਰਾਈ ਕਰਦੀ ਰਹਿੰਦੀ ਸੀ ਪਰ ਹੁਣ ਥੋੜਾ ਇਹਨਾਂ ਨਾਲ ਮਿਲ ਕੇ ਮੈਂ ਜ਼ਿਆਦਾ ਕਰਨ ਲੱਗ ਗਈ ਤੇ ਕਾਫੀ ਵਧੀਆ ਰਿਸਪੌਂਸ ਮਿਲਦਾ ਹੈ ਸਾਨੂੰ ਲੁਧਿਆਣਾ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਇਹੋ ਜੇ ਨੌਜਵਾਨ ਨਾਲ ਮਲਾਉਣ ਜਾ ਰਹੇ ਆ ਕਿ ਜਿਨਨੇ ਆਪਣੀ ਮਿਹਨਤ ਸਦਕਾ ਕੁਝ ਵੱਖਰਾ ਹੀ ਕਰ ਦਿਖਾਇਆ ਏ ਵੱਖਰਾ ਕੀ ਕਰ ਦਿਖਾਇਆ ਏ ਉਹ ਵੀ ਆਪਾਂ ਗੱਲਬਾਤ ਕਰਾਂਗੇ ਅੱਜ ਮਲਾਉਣ ਜਾ ਰਿਹਾ ਤੁਹਾਨੂੰ ਸੰਨੀ ਸੱਬਰਵਾਲ ਨਾਲ ਸੰਨੀ ਸੱਬਰਵਾਲ ਤੁਸੀਂ ਕਹਿਣਾ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਪਰ ਆਪਾਂ ਉਹਨਾਂ ਦੇ ਜਿਹੜੇ ਕਾਰਨਾਮੇ ਨੇ ਕਾਰਨਾਮੇ ਵੀ ਤੁਹਾਨੂੰ ਦਿਖਾਵਾਂਗੇ ਕਿ ਬਹੁਤ ਵਧੀਆ ਜਿਹੜਾ ਕਨਸੈਪਟ ਜਿਹੜਾ ਏ ਇੱਕ ਤਿਆਰ ਕੀਤਾ ਏ ਸੋ ਆਪਾਂ ਗੱਲਬਾਤ ਵੀ ਕਰਦੇ ਆ ਜੀ ਸੋ ਨਮਸਕਾਰ ਭਾਜੀ ਸਸ਼ੀ ਗਾਲ ਜੀ ਨਮਸਕਾਰ ਜੀ ਸਾਰਿਆਂ ਨੂੰ ਕੀ ਨਾਮ ਦੇ ਮੇਰਾ ਸਨੀ ਸੱਬਰਵਾਲ ਪਾਜੀ ਸੱਬਰਵਾਲ ਸਾਹਿਬ ਫਿਰ ਕੀ ਨਵਾਂ ਕਨਸੈਪਟ ਚਾਲੂ ਕੀਤਾ ਮੈਂ ਤਾਂ ਕਿਹਾ ਬੱਲੇ ਬੱਲੇ ਕਰਾਤੀ ਬਟਾਲੇ ਸ਼ਹਿਰ ਦੀ ਫਿਰ ਤੁਸੀ ਲਗਦਾ ਕਨਸੈਪਟ ਪਾਜੀ ਮੈਂ ਲੋਕਾਂ ਦੀ ਹੈਲਥ ਨੂੰ ਵੇਖ ਕੇ ਨਾ ਇੱਕ ਫੂਡ ਦਾ ਕੰਮ ਸਟਾਰਟ ਕੀਤਾ ਹੈ ਫੂਡ ਆਪਾਂ ਉਹਦੇ ਵਿੱਚ ਸੈਲਡ ਆ ਰਹੇ ਆ ਸ਼ੇਕ ਆ ਰਹੇ ਆ ਜਾਂ ਥੋੜਾ ਟੇਸਟ ਦੇਣ ਵਾਸਤੇ ਲੋਕਾਂ ਨੂੰ ਕੁੱਲੜ ਪੀਜ਼ਾ ਪਾਇਆ ਐਡ ਕੀਤਾ ਵਿੱਚ ਸਪਰਿੰਗ ਪੋਟੈਟੋਜ਼ ਐਡ ਕੀਤੇ ਆ ਉਹ ਸਰ ਮੈਂ ਕਨਸੈਪਟ ਚਾਲੂ ਕੀਤਾ ਲੋਕਾਂ ਦੀ ਹੈਲਥ ਨੂੰ ਵੇਖ ਕੇ ਕਿ ਮੈਂ ਟੈਸਟਾਂ ਦੀ ਜਦੋਂ ਲੈਬ ਤੇ ਜਾ ਜਾਈਏ ਕਿਤੇ ਉਥੇ ਲਾਈਨ ਬੜੀ ਲੰਬੀ ਮੈਂ ਲਾਈਨ ਖਤਮ ਕਰਨਾ ਚਾਹੁੰਦਾ ਸੋ ਸੰਨੀ ਜੀ ਉਸ ਤੋਂ ਪਹਿਲਾਂ ਕੀ ਕਰਦੇ ਸੀ ਕਿ ਸਾਡੇ ਉਹ ਦਰਸ਼ਕਾਂ ਨੂੰ ਦੱਸੋ ਸੰਨੀ ਸੱਬਰਵਾਲ ਅੱਗੇ ਵੀ ਉਹਨਾਂ ਨੇ ਨਾਮ ਸੁਣਿਆ ਦਾ ਕਿਹਦੇ ਵਿੱਚ ਸੁਣਿਆ ਦਾ ਤੁਸੀਂ ਆਪਣੀ ਜਵਾਨੀ ਦੱਸੋ ਸਿਰ ਪਹਿਲੇ ਮੈਨੂੰ ਬਹੁਤ ਜ਼ਿਆਦਾ ਵਾਇਰਲ ਮੈਂ ਹੋਇਆ ਸੀ ਆਪਣੇ ਪੈਟ ਸ਼ਾਪ ਨੂੰ ਲੈ ਕੇ ਮੇਰੇ ਕੋਲੋਂ ਜਿਹੜੇ ਜਾਨਵਰ ਸੀ ਉਹ ਸਾਰੇ ਫੋਰਨ ਕੰਟਰੀ ਦੇ ਸੀ ਇਗਵਾਨਾ ਸੀ ਸਨੇਕ ਸੀ ਉਹ ਸਾਰੇ ਫੋਰਨ ਕੰਟਰੀ ਦੇ ਸੀ ਮੈਂ ਉਹਨਾਂ ਨੂੰ ਲੈ ਕੇ ਪਹਿਲੇ ਬਹੁਤ ਵਾਇਰਲ ਹੋ ਚੁੱਕਿਆ ਇਸ ਚੀਜ਼ ਤੋਂ ਹੁਣ ਮੈਂ ਆਪਣਾ ਕਨਸੈਪਟ ਥੋੜਾ ਚੇਂਜ ਕੀਤਾ ਹੁਣ ਮੈਂ ਲੋਕਾਂ ਨੂੰ ਪਹਿਲੇ ਸ਼ੌਂਕ ਪੂਰੇ ਕੀਤੇ ਅਲੱਗ-ਅਲੱਗ ਜਾਨਵਰ ਦੇ ਕੇ ਹੁਣ ਮੈਂ ਲੋਕਾਂ ਦੀ ਹੈਲਥ ਬਣਾ ਰਿਹਾ ਹੈਲਥ ਬਣਾਣੀ ਹੈ ਮੈਂ ਉਦੋਂ ਤੱਕ ਕੋਸ਼ਿਸ਼ ਕਰਦਾ ਰਵਾਂਗਾ ਉਦੋਂ ਤੱਕ ਹੈਲਥ ਬਣਾਉਂਦਾ ਰਵਾਂਗਾ ਜਦੋਂ ਤੱਕ ਕਿ ਲੋਕ ਆਪਣੇ ਆਪ ਨੂੰ ਅੰਦਰੂਨੀ ਤੌਰ ਤੇ ਸੇਫ ਤੇ ਸਿਕਿਉਰ ਨਹੀਂ ਸਮਝ ਲੈਂਦੇ ਸੋ ਸੰਨੀ ਜੀ ਪਹਿਲਾਂ ਵੀ ਤੁਸੀਂ ਬੜਾ ਨਾਮ ਕਮਾਇਆ ਹੈ ਐ ਪੈਟ ਦੇ ਵਿੱਚ ਤਾਂ ਹੁਣ ਜਿਹੜਾ ਨਵਾਂ ਕਨਸੈਪਟ ਅਲੱਗ ਕੀ ਕੀਤਾ ਤੁਸੀਂ ਅਲੱਗ ਇਹਦੇ ਵਿੱਚ ਕੀ ਕੀਤਾ ਹੈ ਹਾਈਜੈਨਿਕ ਤੁਸੀਂ ਜਿਹੜਾ ਫੂਡ ਤਿਆਰ ਕਰਦੇ ਪਿਓ ਉਹਦੇ ਵਿੱਚ ਕੀ ਕੀ ਤਿਆਰ ਕਰਦੇ ਵਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਸਰ ਮੈਂ ਦੱਸਦਾ ਜੀ ਅਲੱਗ ਸਰ ਮੈਂ ਉਹਦੇ ਵਿੱਚ ਇੱਕ ਸੈਲਡ ਆਪਾਂ ਤਿਆਰ ਕਰੀਦਾ ਪ੍ਰੋਟੀਨ ਸੈਲਡ ਮੇਰੇ ਜਿਮੂ ਵਾਲੇ ਬਹੁਤ ਮੇਰੇ ਫਰੈਂਡ ਸਰਕਲ ਦੇ ਵਿੱਚ ਜਿੰਮਾਂ ਵਾਲਿਆਂ ਕੋ ਜਾ ਰਿਹਾ ਏ ਪੁਲਿਸ ਸਟੇਸ਼ਨ ਜਾ ਰਿਹਾ ਆ ਆਪਣੇ ਜਿੰਨੇ ਪੋਲੀਟਿਕਲੀ ਪਰਸਨ ਹੈ ਉਹਨਾਂ ਕੋ ਜਾ ਰਿਹਾ ਆ ਆਫਿਸ ਹੈ ਬੈਂਕ ਹੈ ਹਰ ਜਗ੍ਹਾ ਤੇ ਸਰ ਮੇਰੇ ਰੋਜ਼ ਦੇ ਘਟੋ ਘਟਨੇ ਦੇ 70 80 ਡੱਬੇ ਜਾ ਰਹੇ ਆ ਉਹਨਾਂ ਦੇ ਵਿੱਚ ਸਰ ਆਪਾਂ ਸਪਰਾਉਟ ਪਾਈਦੇ ਸਪਰਾਉਟ ਪਾਈਦੇ ਜਿਹੜੇ ਨਾਰਮਲੀ ਨਹੀਂ ਮਿਲਦੇ ਸਪਰਾਉਟ ਪਾਈਦੇ ਆ ਦਾਲ ਦੇ ਪਾਈਦੇ ਚਨੇ ਦੇ ਪਾਈਦੇ ਆ ਹਰ ਪ੍ਰੋਟੀਨ ਉਹਦੇ ਵਿੱਚ ਪ੍ਰੋਟੀਨ ਦੀ ਹਰ ਹੈਲਦੀ ਚੀਜ਼ਾਂ ਜਿੰਨੀਆਂ ਵੀ ਸਬਜ਼ੀਆਂ ਦਾਲਾਂ ਮਿਕਸ ਕਰਕੇ ਆਪਾਂ ਪ੍ਰੋਟੀਨ ਜਿਹੜਾ ਤਿਆਰ ਕਰੀਦਾ ਆ ਉਹਦੇ 'ਚ ਸਾਡੇ ਕੋਲ ਪ੍ਰੋਟੀਨ ਸੈਲਡ ਵੀ ਹੈਗਾ ਆ ਫਰੂਟ ਸੈਲਡ ਵੀ ਹੈਗਾ ਆ ਬਾਡੀ ਨੂੰ ਜਿਹੜੇ ਦੇਣ ਵਾਲੇ ਵਧੀਆ ਜਿਹੜੇ ਤਤ ਦੇਣ ਵਾਲੀਆਂ ਉਹ ਸਾਰੀਆਂ ਚੀਜ਼ਾਂ ਆਪਾਂ ਵਰਤ ਕੇ ਕੁਝ ਬਾਡੀ ਬੂਸਟਰ ਤਿਆਰ ਕੀਤੇਦੇ ਆ ਇਸ ਚੀਜ਼ ਦੀ ਮੈਂ ਚੈਲੰਜ ਕਰਦਾ ਗਰੰਟੀ ਲੈਣਾ ਆ ਪੂਰੀ ਕਿ ਸਾਡੀ ਚੀਜ਼ ਅਨ ਹੈਲਦੀ ਕੋਈ ਵੀ ਨਹੀਂ ਹੋਏਗੀ hygienic ਚੀਜ਼ਾਂ ਹੋਣਗੀਆਂ healthy ਚੀਜ਼ਾਂ ਹੋਣਗੀਆਂ ਬਟਾਲੇ ਚ ਲੈਬ ਉਹ ਜਿੱਥੋਂ ਮਰਜੀ ਮੇਰਾ ਫੂਡ ਚੈੱਕ ਕਰਾਓ ਨੋ ਟੈਨਸ਼ਨ ਸੰਨੀ ਜੀ ਫਿਰ ਸੰਨੀ ਜੀ ਫਿਰ ਇਹ ਕਿਦਾਂ ਤੁਹਾਨੂੰ ਮਨ ਦੇ ਵਿੱਚ ਆਇਆ ਪਹਿਲਾਂ ਤੁਸੀਂ ਉਹ ਕੰਮ ਕਰਦੇ ਸੀਗੇ ਹੁਣ ਇਹ ਕੰਮ ਕਰਦੇ ਹੋ ਇਹ ਜਿਹੜੇ ਮਸਾਲੇ ਤਿਆਰ ਕਰਦੇ ਹੋ ਜਾਂ ਸਾਰਾ ਸਮਾਨ ਲੈ ਕੇ ਆਂਦੇ ਹੋ ਕਿਦਾਂ ਫਿਰ ਸਪੈਸ਼ਲੀ ਕੋਈ ਮਸਾਲੇ ਤਿਆਰ ਹੁੰਦੇ ਆ ਕਿਦਾਂ ਹਾਂਜੀ ਸਰ ਮੈਂ ਸਰ ਪਹਿਲੇ ਸਾਰਾ ਫੋਨ ਤੇ ਸਰਚ ਕੀਤਾ ਕਿ ਕਿਹੜੀ ਚੀਜ਼ ਬੋਡੀ ਨੂੰ ਕੀ ਦਿੰਦੀ ਆ ਕਿਹੜੀ ਚੀਜ਼ ਦਾ ਬਾਡੀ ਨੂੰ ਸਹੀ ਕਰਨ ਵਾਸਤੇ ਕੀ ਕੰਮ ਆ ਕਿਹੜੇ ਮਸਾਲੇ ਆ ਕਿ ਜਿਹੜੇ ਖਾਣਾ ਸਾਨੂੰ ਟੇਸਟ ਵੀ ਮਿਲੇਗਾ ਹੈਲਥੀ ਵੀ ਮਿਲੇਗੀ ਜ਼ਿਆਦਾਤਰ ਕੀ ਹੁੰਦਾ ਸਰ ਜਦੋਂ ਹੈਲਦੀ ਫੂਡ ਦੀ ਗੱਲ ਆਉਂਦੀ ਹੈ ਲੋਕੀ ਕਹਿੰਦੇ ਯਾਰ ਟੇਸਟੀ ਨਹੀਂ ਹੋਏਗਾ ਹੈਲਦੀ ਆ ਪਰ ਆਪਣਾ ਜਿਹੜਾ ਹੈਲਦੀ ਵੀ ਆ ਤੇ ਟੇਸਟੀ ਵੀ ਆ ਮੇਰੇ ਸਾਰੇ ਮਸਾਲੇ ਆਟੋ ਪੰਜਾਬ ਤੋਂ ਸੌਸਿਸ ਮਸਾਲੇ ਮੈਂ ਯੂਜ਼ ਕਰ ਰਿਹਾ ਵਾਂ ਲੈ ਕੇ ਕੁਝ ਮਸਾਲੇ ਕੁਝ ਮੈਂ ਇਥੋਂ ਵੀ ਲੈ ਰਿਆ ਕੁਝ ਮੈਂ ਉੱਥੋਂ ਮੰਗਾ ਕੇ ਸਪੈਸ਼ਲੀ ਕਰ ਰਿਆ ਵਾ ਕਿ ਜਿਨ੍ਹਾਂ ਦੇ ਨਾਲ ਟੇਸਟ ਬਣੇਗਾ ਇਸ ਚੀਜ਼ ਦਾ ਤੇ ਟੇਸਟ ਜਿਹੜਾ ਬਣਿਆ ਸਰ ਇਸ ਤਰ੍ਹਾਂ ਮੈਨੂੰ ਇਹ ਰਿਸਪੌਂਸ ਆਇਆ ਕਿ ਮੇਰੇ ਰੋਜ਼ ਦੇ ਬਹੁਤ ਜ਼ਿਆਦਾ ਡੱਬੇ ਵਧ ਗਏ ਸੋ ਸੰਨੀ ਜੀ ਇਹਦੇ ਵਿੱਚ ਕੰਮ ਵੀ ਵਧ ਗਿਆ ਤੁਹਾਡਾ ਤੇ ਘਰ ਵਿੱਚ ਫਿਰ ਜਿਹੜੇ ਪਰਿਵਾਰ ਉਹ ਵੀ ਤੁਹਾਡਾ ਸਾਥ ਦਿੰਦਾ ਫਿਰ ਨਾਲ ਹਾਂਜੀ ਮੇਰੀ ਫੈਮਲੀ ਮੈਨੂੰ ਫੁੱਲੀ ਸਪੋਰਟ ਕਰਦੀ ਆ ਪੱਟ ਚ ਵੀ ਮੈਨੂੰ ਫੁੱਲੀ ਸਪੋਰਟ ਕੀਤਾ ਸੀ ਇਹਦੇ ਚ ਵੀ ਫੁੱਲੀ ਸਪੋਰਟ ਕਰਦੀ ਆ ਅਗਰ ਮੇਰਾ 50% ਦਾ ਕੰਮ ਮਾ ਤੇ 50% ਮੇਰੇ ਮਿਸਿਸ ਦਾ ਆ ਤੇ ਆਪਾਂ ਦੋਨੇ ਰਲ ਕੇ ਆਪਣਾ ਚਲਾਇਆ ਕੰਮ ਬਹੁਤ ਵਧੀਆ ਚੱਲਦਾ ਬਹੁਤ ਵਧੀਆ ਰਿਸਪੌਂਸ ਆ ਮੈਂ ਕੁਝ ਸਪੈਸ਼ਲੀ ਆਈਟਮਾਂ ਵੀ ਬਟਾਲੇ ਦੇ ਵਿੱਚ ਲੈ ਕੇ ਆਇਆ ਜਿਹੜੀ ਹਾਲੇ ਤੱਕ ਪੰਜਾਬ 'ਚ ਕਿਤੇ ਬਣੀ ਨਹੀਂ ਆ ਹੁਣ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਲੋਕੀ ਕਾਪੀ ਕਰਨ ਦੀ ਸੋਚਣਗੇ ਇੱਕ ਸਰ ਆਪਾਂ ਕੇਕ ਤਿਆਰ ਕਰ ਰਹੇ ਆ ਟਰਾਂਸਪੇਰੈਂਟ ਕੇਕ ਉਹਦੇ 'ਚ ਸਿਰਫ ਫਰੂਟ ਹੋਏਗਾ ਨਾਰਮਲੀ ਕੀ ਆ ਬਾਜ਼ਾਰੋਂ ਬ੍ਰੈਡ ਦੇ ਕੇਕ ਮਿਲਦੇ ਆ ਕਰੀਮ ਲੱਗਦੀ ਉੱਤੇ ਉਹ ਹੈਲਦੀ ਨਹੀਂ ਸਾਡੀ ਬੋਡੀ ਆਸਤੇ ਜੇ ਆਪਾਂ ਹੈਲਥ ਨੂੰ ਲੈ ਕੇ ਸੋਚੀਏ ਜਦੋਂ ਆਪਾਂ ਕੋਈ ਸੈਲੀਬ੍ਰੇਸ਼ਨ ਕਰਨਾ ਆ ਫਿਰ ਕੇਕ ਜ਼ਰੂਰ ਕੱਟਿਆ ਜਾਂਦਾ ਤੇ ਜਦੋਂ ਕੇਕ ਦਾ ਨਾਮ ਆਉਂਦਾ ਫਿਰ ਬ੍ਰੈਡ ਤੇ ਕਰੀਮ ਯਾਦ ਆਂਦੀ ਆ ਪਰ ਹੁਣ ਮੈਂ ਇੱਕ ਕੇਕ ਇਸ ਤਰ੍ਹਾਂ ਦਾ ਤਿਆਰ ਕੀਤਾ ਜਿਹੜਾ ਟਰਾਂਸਪੀਰੈਂਟ ਕੇਕ ਹੈ ਉਹਦੇ ਵਿੱਚ ਸਾਰੇ ਫਰੂਟ ਜਿੰਨੇ ਵੀ ਆ ਨਜ਼ਰ ਆਣਗੇ ਪੈਣਗੇ ਫਰੂਟ ਹੀ ਉਹਦੇ ਚ ਉਹ ਸਾਰੇ ਨਜ਼ਰ ਆਣਗੇ ਤੇ ਇੱਕ ਜਿਹੜੀ ਕੇਕ ਦੇ ਵਿੱਚ ਆਪਾਂ ਇੱਕ ਲਾਈਟ ਸਿਸਟਮ ਕੀਤਾ ਆ ਤੁਸੀਂ ਰੂਮ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ ਕੇਕ ਜਿਹੜਾ ਵਾ ਉਨੂੰ ਇੱਕ ਬਟਨ ਔਨ ਕਰੋਗੇ ਸਾਰਾ ਕੇਕ ਗਲੋ ਕਰੇਗਾ ਸਾਰਾ ਕੇਕ ਜਗੇਗਾ ਕਿਸੇ ਲਾਈਟ ਦੀ ਲੋੜ ਨਹੀਂ ਉਸੇ ਕੇਕ ਦੀ ਰੋਸ਼ਨੀ ਚ ਤੁਸੀਂ ਆਪਣਾ ਸੈਲੀਬ੍ਰੇਟ ਕਰ ਸਕਦੇ ਹੋ ਸੋ ਸੰਨੀ ਜੀ ਫਿਰ ਇਹ ਜਿਹੜਾ ਸਮਾਨ ਲਿਆਂਦੇ ਹੋ ਤੁਸੀਂ ਮਿਹਨਤ ਕਰਦੇ ਹੋ ਨਹੀਂ ਉਹਦਾ ਫਲ ਵੀ ਫਿਰ ਪੂਰਾ ਮਿਲਦਾ ਪਿਆਣਾ ਹੁਣ ਤੁਹਾਨੂੰ ਹਾਂਜੀ ਸਰ ਜੇ ਲੋਕਾਂ ਨੂੰ ਆਪਾਂ ਪ੍ਰੋਟੀਨ ਦੇ ਰਹੇ ਆ ਵੈਜੀਟੇਬਲਸ ਦੇ ਰਹੇ ਆ ਲੋਕਾਂ ਨੂੰ ਫਲ ਦੇ ਰਹੇ ਆ ਤੇ ਸਾਨੂੰ ਵੀ ਫਲ ਦੁਨਾ ਤੀਨਾ ਹੋ ਕੇ ਮਿਲ ਰਿਹਾ ਵਾ ਇਹਦੇ ਵਿੱਚ ਜਿਹੜਾ ਹੈ ਤੁਸੀਂ ਇਹ ਤਾਂ ਬਣਾਉਂਦੇ ਹੋ ਉਹਦੇ ਵਿੱਚ ਤੁਸੀਂ ਆ ਕੋਈ ਕਿਸੇ ਕੋਲ ਸਿੱਖਿਆ ਵੀ ਲਈ ਹੈ ਜਾਂ ਕਿਸੇ ਕੋਲ ਕੁੱਕ ਦਾ ਕੰਮ ਸਿੱਖਿਆ ਵੀ ਕਿਤਾ ਆਪੇ ਹੀ ਤਿਆਰ ਕਰ ਲਿਆ ਸਾਰਾ ਕੁਝ ਉਹ ਵੀ ਦੱਸੋ ਨਾ ਨਹੀਂ ਸਰ ਸਿੱਖਿਆ ਨਹੀਂ ਹਾਲੇ ਤੱਕ ਕਿਸੇ ਕੋ ਥੋੜਾ ਟਾਈਮ ਪਰ ਨਿਆ ਸਿਰਕਪਾਈ ਕੀਤੀ ਆ ਚੀਜ਼ਾਂ ਨਾਲ ਐਕਸਪੈਰੀਮੈਂਟ ਕੀਤੇ ਆ ਫਿਰ ਕੋਈ ਇਦਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਵਾ ਬਹੁਤ ਨੁਕਸਾਨ ਝੱਲ ਕੇ ਫਿਰ ਕੁਝ ਚੀਜ਼ਾਂ ਤਿਆਰ ਹੋਈਆਂ ਜਿਹੜੀਆਂ ਲੋਕਾਂ ਨੂੰ ਹੈਲਥ ਵਾਸਤੇ ਜ਼ਰੂਰੀ ਅਸੀਂ ਉਹ ਸਾਹਮਣੇ ਲੈ ਕੇ ਆਏ ਆ ਸੋ ਪਤਾ ਲੱਗਿਆ ਜੀ ਕੋਈ ਵੀ ਆਈ ਪੀਸ ਵੀ ਜਰੇ ਨੇ ਉਹ ਤੁਹਾਨੂੰ ਕਾਫੀ ਫੋਨ ਕਰਕੇ ਤੁਹਾਡੇ ਕੋਲ ਆਰਡਰ ਜਰੇ ਲੈਂਦੇ ਨੇ ਉਹ ਵੀ ਸਾਡੇ ਦਰਸ਼ਕਣ ਵੀ ਆਈ ਪੀਸ ਦਾ ਤੇ ਫੋਨ ਆਉਂਦਾ ਰਹਿੰਦਾ ਤੁਹਾਡੇ ਬੈਠੇ ਬੈਠੇ ਦੋ ਤਿੰਨ ਆ ਗਏ ਆ ਤੇ ਮੈਂ ਉਹਨਾਂ ਨੂੰ ਵੀ ਆਪਣੇ ਸਰ ਉਹਨਾਂ ਨੂੰ ਪੈਂਡਿੰਗ ਚ ਰੱਖਿਆ ਕਿ ਸਰ ਤੁਸੀਂ ਥੋੜਾ ਜਿਹਾ ਵੇਟ ਕਰ ਲਓ ਕਿ ਤੁਹਾਨੂੰ ਪਹੁੰਚ ਜਾਂਦਾ ਤੁਹਾਡੇ ਡੱਬੇ ਪ੍ਰੋਟੀਨ ਦੇ ਡੱਬੇ ਜਾਂ ਫਰੂਟ ਸੈਲਡ ਸਾਰੇ ਪਹੁੰਚ ਜਾਂਦੇ ਆ ਸਿਰਫ ਮੈਂ ਅੱਜ ਦਾ ਸ਼ੂਟ ਕਰਕੇ ਥੋੜਾ ਜਿਹਾ ਮੈਂ ਕੀਤਾ ਕਿ ਥੋੜਾ ਮੈਂ ਵੀਆਈਪੀ ਦੇ ਨਾਲ ਆਪਣੇ ਐਮਐਲਏ ਸਰ ਬ੍ਰਦਰ ਆਪਣੇ ਵੱਡੇ ਉਹਨਾਂ ਦੇ ਆਫਿਸ ਜਾ ਰਹੇ ਆ ਡੱਬੇ ਪੁਲਿਸ ਸਟੇਸ਼ਨ 'ਚ ਜਾ ਰਹੇ ਆ ਬੈਂਕਾਂ ਹਰ ਬੈਂਕ ਦੇ ਵਿੱਚ ਮੇਰੇ ਡੱਬੇ ਜਾ ਰਹੇ ਆ ਕੋਈ ਪ੍ਰਾਈਵੇਟ ਆ ਕੋਈ ਸਰਕਾਰੀ ਆ ਕੋਈ ਆਪਣੇ ਆਈਲੈਟਸ ਕੋਰਸਵਾ ਕਰਵਾਉਂਦੇ ਪਏ ਆ ਸੈਂਟਰ ਆ ਉਹ ਸਾਰਿਆਂ ਦੇ ਮੇਰੇ ਡੱਬੇ ਜਾ ਰਹੇ ਆ ਮੇਰੇ ਸ਼ੇਕਸ ਜਾ ਰਹੇ ਮੇਰੇ ਕੁਲੜ ਪੀਜ਼ਾ ਜਾ ਰਹੇ ਸੋ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਨੰਬਰ ਵੀ ਦੇ ਸਕਦੇ ਹੋ ਜੇ ਕਿਸੇ ਨੇ ਆਰਡਰ ਕਰਵਾਉਣਾ ਹੋਵੇ ਤਾਂ ਤੁਹਾਨੂੰ ਫੋਨ ਤੇ ਕਨੈਕਟ ਕਰ ਸਕਦੇ ਹਾਂ ਜੀ ਸਰ ਮੈਂ ਵੀਦ ਲొਕੇਸ਼ਨ ਦਵਾਂਗਾ ਜੀ ਬਟਾਲਾ ਸਿਟੀ ਠੀਕ ਹੈ ਜੀ ਪੁੱਲਰ ਰੋਡ ਗੁਰੂ ਨਾਨਕ ਸਕੂਲ ਵਾਲੀ ਗਲੀ ਸਵਾਦ ਸੈਲਡਿਸ਼ ਮੇਰੇ ਕਨਸੈਪਟ ਦਾ ਨਾਮ ਹੈ ਸਵਾਦ ਸੈਲਡਿਸ਼ ਮੇਰਾ ਕੰਟੈਕਟ ਨੰਬਰ ਹੈ 8288097900 ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਕੁੱਲਰ ਪੀਜ਼ਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰ ਚ ਤੁਹਾਨੂੰ ਦਿਖਾਵਾਂਗੇ ਭਾਜੀ ਜਿਹੜਾ ਆਪਣੇ ਹੱਥ ਦੇ ਨਾਲ ਉਹਨਾਂ ਨੇ ਤਿਆਰ ਕੀਤਾ ਹੈ ਬਹੁਤ ਵਧੀਆ ਚੀਜ਼ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਹੱਥ ਦੇ ਨਾਲ ਤਿਆਰ ਕੀਤਾ ਹੋਇਆ ਹੈ ਭਾਜੀ ਆਪ ਤਿਆਰ ਕੀਤਾ ਦਾ ਇਹ ਕੁੱਲਰ ਪੀਜ਼ਾ ਹੈ ਆਰੇ ਸਾਹਮਣੇ ਹੁਣੇ ਰੈਡੀ ਕੀਤਾ ਆ ਹੁਣ ਥੋੜਾ ਏਸੀ ਦੀ ਹਵਾ ਨਾਲ ਥੋੜਾ ਠੰਡਾ ਹੋ ਗਿਆ ਆ ਕੋਈ ਨਹੀਂ ਤੁਹਾਨੂੰ ਫਰੈਸ਼ ਬਣਾ ਕੇ ਦਿੰਨੇ ਫੇਰ ਦੁਬਾਰਾ ਜੀ ਸੋ ਕਿਸੇ ਨੇ ਵੀ ਆਰਡਰ ਬੁੱਕ ਕਰਵਾਉਣਾ ਹੋਵੇ ਤਾਂ ਤੁਸੀਂ ਇਹਨਾਂ ਨਾਲ ਪਲੀਜ਼ ਕੰਟੈਕਟ ਕਰ ਸਕਦੇ ਹੋ ਸੋ ਆਪਾਂ ਉਹਨਾਂ ਦੇ ਵਾਈਫ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਉਹਨਾਂ ਦਾ ਸਹਿਯੋਗ ਹੈ ਕਿਉਂਕਿ ਕਹਿੰਦੇ ਨੇ ਕਿ ਇੱਕ ਤੇ ਇੱਕ ਦੋ ਜਦੋਂ ਇਕੱਠੇ ਹੋ ਜਾਂਦੇ ਨੇ ਤਾਂ ਮਿਹਨਤ ਜਿਹੜੀ ਕਰਨੇ ਪੈਂਦੀ ਪਰ ਉਹਦਾ ਫਾਲ ਵੀ ਕਿਤਨਾ ਕਿਤੇ ਮਿਲਦਾ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਨਮਸਕਾਰ ਜੀ ਕੀ ਨਾਮ ਮਨਦੀਪ ਕੋਲ ਪੰਦੀਪ ਜੀ ਫਿਰ ਬੱਲੇ ਬੱਲੇ ਕਰਾਤੀ ਏ ਸਾਰਾ ਸਮਾਨ ਤੁਸੀਂ ਪਹਿਲਾਂ ਕੁੱਕ ਦਾ ਕੰਮ ਕਰਦੇ ਸੀਗੇ ਐਦਾਂ ਦਾ ਤੁਹਾਨੂੰ ਕਨਸੈਪਟ ਬਣਾਉਂਦੀ ਪਹਿਲਾਂ ਵੀ ਤੁਹਾਨੂੰ ਸ਼ੌਂਕ ਸੀਗਾ ਕਿ ਤਾਂ ਹੁਣ ਨਵਾਂ ਪਿਆਸ਼ ਹਾਂਜੀ ਭਾਜੀ ਮੈਨੂੰ ਪਹਿਲੇ ਵੈਸੇ ਮੈਂ ਘਰ ਕਾਫੀ ਚਿੱਟੇ ਬਣਾ ਕੇ ਟਰਾਈ ਕਰਦੀ ਰਹਿੰਦੀ ਸੀ ਪਰ ਹੁਣ ਥੋੜਾ ਇਹਨਾਂ ਨਾਲ ਮਿਲ ਕੇ ਮੈਂ ਜ਼ਿਆਦਾ ਕਰਨ ਲੱਗ ਗਈ ਤੇ ਕਾਫੀ ਵਧੀਆ ਰਿਸਪੌਂਸ ਮਿਲਦਾ ਪੈ ਸਾਨੂੰ। ਸੋ ਲੱਗਦਾ ਨਹੀਂ ਕਿ ਕੰਮ ਵਧ ਗਿਆ। ਪਹਿਲਾਂ ਰਜ਼ੋਈ ਦਾ ਘਰ ਦਾ ਕੰਮ ਕਰਦੇ ਸੀਗੇ ਤਾਂ ਹੁਣ ਡਬਲ ਹੋ ਗਿਆ ਕੰਮ। ਹਾਂਜੀ ਉਹ ਤੇ ਕਾਫੀ ਵਧ ਗਿਆ ਜੀ। ਹਾਂਜੀ ਕਈ ਟਾਈਮ ਇਹਿੰਦਾ ਕਿ ਘਰ ਦਾ ਮੇਰਾ ਕੰਮ ਰਹਿ ਜਾਂਦਾ ਪਰ ਇਹ ਮੈਂ ਕਰਨਾ ਜ਼ਰੂਰੀ ਸਮਝਦੀ ਹਾਂ। ਸੋ ਵਧੀਆ ਨਹੀਂ ਲੱਗਦਾ ਕਿ ਕੰਮ ਚਲੋ ਘਰ ਦਾ ਘਾਰ ਆ ਕਿ ਕਿੰਨੇ ਇੱਕ ਫਿਰ ਕਸਟਮਰ ਆ ਜਾਂਦੇ ਨੇ ਔਨਲਾਈਨ ਵੀ ਫੋਨ ਆਉਂਦੇ ਹੈ ਭਾਜੀ ਨੂੰ ਫਿਰ ਭਾਜੀ ਖੁਦ ਕਰਨ ਜਾਂਦੇ ਡਿਲੀਵਰ। ਹਾਂਜੀ ਹਾਂਜੀ ਕਈ ਵਾਰੀ ਆਪ ਵੀ ਹਾਂਜੀ ਇੱਕ ਲੜਕਾ ਰੱਖਿਆ ਉਹ ਵੀ ਜਾਂਦਾ ਹਾਂਜੀ। ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਵੀ ਕਿਹਾ ਜੀ ਬਹੁਤ ਵਧੀਆ ਪਹਿਲਾਂ ਵੀ ਸਾਨੂੰ ਸ਼ੌਂਕ ਸੀਗਾ ਘਰ ਵਿੱਚ ਕੋਈ ਨਾ ਕੋਈ ਐਦਾਂ ਦੀ ਚੀਜ਼ ਬਣਾਉਣ ਦਾ ਪਰ ਹੁਣ ਡਬਲ ਕੰਮ ਹੋ ਗਿਆ ਪਰ ਕੋਈ ਨਹੀਂ ਜੇ ਚੀਜ਼ ਵਧੀਆ ਲੱਗਦੀ ਆ ਤਾਂ ਡਬਲ ਕੰਮ ਹੋ ਗਿਆ ਤਾਂ ਕੋਈ ਗੱਲ ਨਹੀਂ ਪਰ ਕਿਤੇ ਨਾ ਕਿਤੇ ਮਾਣ ਵਾਲੀ ਗੱਲ ਵੀ ਹੈਗੀ ਹੈ ਕਿ ਘਰ ਬੈਟਿਆਂ ਹੀ ਜਰਾਏ ਇਹਨਾਂ ਨਾਮ ਕਮਾਣਾ ਦੋਨਾਂ ਦਾ ਕੰਮ ਜਰਾਏ ਬਹੁਤ ਜ਼ਿਆਦਾ ਵੱਧ ਗਿਆ ਹੈ ਸੋ ਕਿਸੇ ਨੇ ਵੀ ਆਰਡਰ ਬੁੱਕ ਕਰਵਾਉਣਾ ਹੈ ਤੇ ਪਲੀਜ਼ ਸੰਨੀ ਭਾਜੀ ਨਾਲ ਸੰਪਰਕ ਕਰ ਸਕਦਾ ਸੋ ਕੈਮਰਾ ਪਰਸਨ ਮੋਮਨਗਰਵਾਲ ਦੇ ਨਾਲ ਲੱਕੀ ਰਾਜਪੂਤ ਲੁਧਿਆਣਾ ਲਾਈਵ ਗੁਰਦਾਸਪੁਰ